ਬਿਲਕੁਲ ਅਸੀਂ ਕਹਿ ਸਕਦੇ ਕਿ ਦਿਨ ਦੀ ਸ਼ੁਰੂਆਤ ਹੋਈ ਹੈ 8 ਵਜੇ ਤੋਂ ਕੁਝ ਮਿੰਟ ਜੋ ਨੇ ਉਹ ਅੱਗੇ ਸਮਾਂ ਵਧਿਆ। ਤਾਂ ਸਵੇਰ ਵੇਲੇ ਦੁਕਾਨਾਂ ਜਾਂ ਬਾਜ਼ਾਰਾਂ ਬਾਰੇ ਤਾਂ ਹਾਲੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ, ਪਰ ਜੇਕਰ ਅਸੀਂ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਬੱਸ ਸਟੈਂਡ ਜਿੱਥੇ ਕਿ ਆਮ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਨਜ਼ਰ ਆਉਂਦੀ ਹੈ, ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਰੂਟਸ ਨੇ ਜਿੱਥੇ ਚਾਹੇ ਉਹ ਲੌਂਗ ਰੂਟ ਹੋਣ ਜਾਂ ਫਿਰ ਲੋਕਲ ਜਿਹੜੇ ਰੂਟ ਨੇ, ਤਾਂ ਹਰ ਕੋਈ ਜੋ ਇੱਥੇ ਇੰਤਜ਼ਾਰ ਜ਼ਰੂਰ ਕਰ ਰਿਹਾ ਬੱਸ ਦਾ, ਪਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਐਲਾਨ ਕੀਤਾ ਗਿਆ, ਚਾਹੇ ਉਹ ਨਿੱਜੀ ਬੱਸ ਓਪਰੇਟਰ ਹੋਣ ਜਾਂ ਫਿਰ ਜਿਹੜੀਆਂ ਵੱਖ ਵੱਖ ਸਰਕਾਰੀ ਬੱਸ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਯੂਨੀਅਨਸ ਨੇ, ਤਾਂ ਉਹਨਾਂ ਵੱਲੋਂ ਕੱਲ੍ਹ ਹੀ ਇਸ ਬੰਦ ਦਾ ਜੋ ਸਮਰਥਨ ਹੈ ਉਸ ਦਾ ਐਲਾਨ ਕਰ ਦਿੱਤਾ ਗਿਆ ਸੀ। ਤਾਂ ਉਹੀ ਕਾਰਨ ਹੈ ਕਿ ਇਸ ਵੇਲੇ ਬੱਸ ਸਟੈਂਡ ਦੇ ਉੱਤੇ ਭਾਵੇਂ ਬੱਸ ਜੋ ਹੈ ਉਹ ਕੋਈ ਵੀ ਚੱਲਦੀ ਹੋਈ ਨਜ਼ਰ ਨਹੀਂ ਆ ਰਹੀ, ਪਰ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ, ਕਿਉਂਕਿ ਹਰ ਕੋਈ ਜੋ ਹੈ ਆਪਣੇ ਘਰ ਤੋਂ ਇਸ ਕਰਕੇ ਨਿਕਲਦਾ ਕਿ ਉਸਨੇ ਆਪਣੀ ਕਿਸੇ ਮੰਜ਼ਿਲ 'ਤੇ ਪਹੁੰਚਣਾ, ਪਰ ਜਦੋਂ ਇੱਥੇ ਪਹੁੰਚਦੇ ਨੇ ਤਾਂ ਪਰੇਸ਼ਾਨ ਜ਼ਰੂਰ ਹੋਣਾ ਪੈ ਰਿਹਾ। ਗੱਲ ਵੀ ਕਰਦੇ ਹਾਂ ਸਰ, ਅੱਜ ਭਾਰਤ ਬੰਦ ਹੈ, ਬੱਸਾਂ ਦਾ ਚੱਕਾ ਜਾਮ ਹੈ, ਤਾਂ ਤੁਸੀਂ ਕਿੱਥੇ ਜਾਣਾ ਸੀ, ਕਿੰਨੀ ਕੁ ਪਰੇਸ਼ਾਨੀ ਹੋ ਰਹੀ? ਜਲੰਧਰ ਜਾਣਾ ਸੀਗਾ, ਪਰ ਨਹੀਂ ਕੋਈ ਸੁਰਸ਼ ਜਾਣ ਵਾਲਾ। ਜਿਸ ਤਰ੍ਹਾਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ ਕਿਸੇ ਨੂੰ ਐਮਰਜੈਂਸੀ ਹੈ ਤਾਂ ਉਹਨਾਂ ਦੇ ਲਈ ਕੋਈ ਐਮਰਜੈਂਸੀ ਮਾਰੇ, ਇੱਥੇ ਆਏ ਨਹੀਂ ਸੀ ਕੋਈ ਲੋੜ ਸੀ ਆਉਣ ਦੀ। ਪਰ ਕੀ ਕਿਹਾ ਜਾ ਰਿਹਾ ਇੱਥੇ? ਕਹਿਣਾ ਕਿ ਇਹ ਗੌਰਮੈਂਟ ਜਿਹੜੀ ਆ ਕੇਂਦਰ ਸਰਕਾਰ ਇਹ ਖਰਾਬ ਕਰਨ ਰਹੀ ਹੈ ਜੱਟਾਂ ਨੂੰ, ਜੱਟਾਂ ਨੂੰ ਲੜਾਈ ਜਾਂਦੀ ਹੈ, ਜਵਾਨਾਂ ਨੂੰ ਜਿਹੜਾ ਲੜਾਈ ਜਾਂਦੀ ਹੈ ਆਪੋ ਜੀ ਇਕੱਠੇ ਕਰਕੇ। ਜਿੱਥੇ ਕਿਹਾ ਜਾਂਦਾ ਕਿ ਕਿਸਾਨਾਂ ਦੇ ਧਰਨੇ ਕਰਕੇ ਲੋਕ ਪਰੇਸ਼ਾਨ ਹੁੰਦੇ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਪਰਿਵਾਰਾਂ ਨੂੰ ਹੁਣ ਆਪਣਾ ਹੱਕ ਨਹੀਂ ਲੈਣਾ, ਉਹਨਾਂ ਹੱਕ ਉਹਨੂੰ ਦੇ ਦਿਆਂ ਤੇ ਉਹ ਕਿਸੇ ਪਾਸੇ ਵੀ ਲੱਗ ਜਾਣਗੇ, ਆਪਣੇ ਹੱਕ ਮਾਰੇ ਹੀ ਉਹ ਲੰਡੇ ਨੇ ਤੁਹਾਡੇ ਮਾਰਿਆਂ। ਭਾਵੇਂ ਲੋਕ ਪਰੇਸ਼ਾਨ ਵੀ ਹੋ ਰਹੇ ਨੇ, ਪਰ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਨੇ ਕਿ ਜੇਕਰ ਕੇਂਦਰ ਸਰਕਾਰ ਉਹਨਾਂ ਦੀ ਕੀ ਕਹਿਣਾ ਚਾਹੁੰਦੇ, ਕੁਛ ਕਹਿਣਾ ਚਾਹੁੰਦੇ? ਕਿਸਾਨ ਜੇ ਕੋਈ ਫਸਲੀਆਂ ਜਾ ਕੱਢਣਗੇ ਤੇ ਅਸੀਂ ਕਿੱਥੋਂ ਖਾਵਾਂਗੇ, ਉਹ ਸਾਡੇ ਵਾਸਤੇ ਸੋਚਣ ਡਏ ਨੇ। ਤਾਂ ਬਿਲਕੁਲ ਇਹਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਜੇਕਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਤਾਂ ਇਸ ਤਰੀਕੇ ਦੇ ਨਾਲ ਚੱਕੇ ਜਾਮ ਜਾਂ ਹੜਤਾਲ ਕਰਨ ਦੀ ਜ਼ਰੂਰਤ ਨਹੀਂ ਪਏਗੀ। ਪਰ ਤਾਜ਼ਾ ਹਾਲਾਤ ਮੈਂ ਦਿਖਾ ਦਿਆਂ ਕਿ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਬਹੁਤ ਸਾਰੇ ਲੋਕ ਨਜ਼ਰ ਆ ਰਹੇ ਨੇ ਜਿਹੜੇ ਕਿਸੇ ਇੰਤਜ਼ਾਰ ਦੇ ਵਿੱਚ ਨੇ, ਪਰ ਕਿਉਂਕਿ ਸਿੱਧੇ ਤੌਰ 'ਤੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਕੋਈ ਵੀ ਬੱਸ ਜਿਹੜੀ ਹੈ ਉਹ ਕਿਸੇ ਵੀ ਰੂਟ 'ਤੇ ਨਹੀਂ ਜਾਏਗੀ, ਕਿਉਂਕਿ ਜੇਕਰ ਮੈਂ ਟ੍ਰੇਨਾਂ ਦੀ ਗੱਲ ਕਰਾਂ ਤਾਂ ਉੱਥੇ ਵੀ ਕਿਉਂਕਿ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ ਟ੍ਰੇਨਾਂ ਵੀ ਕਾਫੀ ਜਿਹੜੀਆਂ ਲੇਟ ਨੇ ਜਾਂ ਕੈਂਸਲ ਨੇ ਜਾਂ ਫਿਰ ਟਿਕਟ ਜਿਹੜੀ ਹੈ ਉਹ ਨਹੀਂ ਮਿਲ ਰਹੀ। ਦੂਜੇ ਪਾਸੇ ਇੱਕੋ ਇੱਕ ਰਸਤਾ ਜਿਹੜਾ ਉਹ ਲੋਕਾਂ ਦੇ ਕੋਲ ਬਚਦਾ ਹੈ ਕਿ ਬੱਸ ਸੇਵਾ, ਪਰ ਅੱਜ ਇਸ ਬੱਸ ਸੇਵਾ ਦੇ ਉੱਤੇ ਵੀ ਬ੍ਰੇਕ ਲੱਗ ਚੁੱਕੀ ਹੈ। ਤਾਂ ਸਿੱਧੇ ਤੌਰ 'ਤੇ ਬਹੁਤ ਸਾਰੇ ਲੋਕ ਜਿਹੜੇ ਇਸ ਵੇਲੇ ਤੁਸੀਂ ਦੇਖ ਸਕਦੇ ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਕਿਸੇ ਹੋਰ ਸ਼ਹਿਰ ਦੇ ਲਈ ਜਾਂ ਕਿਸੇ ਹੋਰ ਸੂਬੇ ਕਸਬੇ ਦੇ ਲਈ ਜਾਣਾ ਸੀ, ਪਰ ਇੱਥੇ ਜਦੋਂ ਉਹ ਪਹੁੰਚਦੇ ਨੇ ਤਾਂ ਜਦੋਂ ਇਹ ਪਤਾ ਲੱਗਦਾ ਕਿ ਅੱਜ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲਣਗੀਆਂ, ਤਾਂ ਇੱਕ ਉਹ ਪਰੇਸ਼ਾਨੀ ਜਿਹੜੀ ਹੈ ਉਹ ਜ਼ਰੂਰ ਉਹਨਾਂ ਦੇ ਚਿਹਰੇ ਦੇ ਉੱਤੇ ਨਜ਼ਰ ਆ ਰਹੀ ਹੈ। ਤਾਂ ਫਿਲਹਾਲ ਇਹ ਤਾਜ਼ਾ ਹਾਲਾਤ ਨੇ ਅੰਮ੍ਰਿਤਸਰ ਬੱਸ ਸਟੈਂਡ ਦੇ।